ਆਪਣਾ ਕੈਮਰਾ ਦੋ ਫਾਰਮੈਟ ਵਿੱਚ ਫੋਟੋ ਕਲਿੱਕ ਕਰਦਾ ਜੇਪੈਗ ਅਤੇ ਰੌ ਅੱਜ ਆਪਾਂ ਗੱਲ ਕਰਾਂਗੇ ਆਪਾਂ ਨੂੰ ਕਿਹੜੇ ਫਾਰਮੈਟ ਵਿੱਚ ਫੋਟੋ ਕਲਿੱਕ ਕਰਨੀ ਚਾਹੀਦੀ ਆ ਸਭ ਤੋਂ ਪਹਿਲਾਂ ਆਪਾਂ ਇਹਨਾਂ ਦਾ ਡਿਫਰੈਂਸ ਦੇਖਾਂਗੇ ਜੇਪੈਗ ਅਤੇ ਰੌ ਦੇ ਵਿੱਚ ਕੀ ਡਿਫਰੈਂਸ ਹੈ ਪਹਿਲਾ ਡਿਫਰੈਂਸ ਆ ਸਾਈਜ਼ ਦਾ ਰੌ ਫਾਈਲ ਦਾ ਸਾਈਜ਼ JPEG ਫਾਈਲ ਦੇ ਮੁਕਾਬਲੇ ਬਹੁਤ ਜ਼ਿਆਦਾ ਹੁੰਦਾ ਹੈ। ਜਿਵੇਂ ਤੁਸੀਂ ਦੇਖ ਸਕਦੇ ਹੋ ਆਪਾਂ ਆ ਫੋਟੋ ਲਈ ਆ ਸੇਮ ਫੋਟੋ ਆ ਤੇ ਆਪਾਂ ਇਹਨੂੰ JPEG ਚ ਵੀ ਕਲਿੱਕ ਕੀਤਾ ਹੈ ਤੇ ਆਪਾਂ ਇਹਨੂੰ RAW ਦੇ ਵਿੱਚ ਵੀ ਕਲਿੱਕ ਕੀਤਾ ਹੈ ਤੇ JPEG ਫਾਈਲ ਦਾ ਸਾਈਜ਼ ਤੁਸੀਂ ਦੇਖ ਸਕਦੇ ਹੋ 3MB ਹੈ ਤੇ RAW ਫਾਈਲ ਦਾ ਸਾਈਜ਼ 22MB ਹੈ ਜਿਹੜਾ ਕਿ ਆਲਮੋਸਟ 6 ਗੁਣਾ ਜ਼ਿਆਦਾ ਹੈ। ਤੇ RAW ਫਾਈਲ ਦਾ ਸਾਈਜ਼ ਇੰਨਾ ਜ਼ਿਆਦਾ ਕਿਉਂ ਹੁੰਦਾ? RAW ਫਾਈਲ ਦਾ ਸਾਈਜ਼ ਇੰਨਾ ਵੱਡਾ ਤਾਂ ਹੁੰਦਾ ਹੈ ਕਿਉਂਕਿ ਰੋ ਫਾਈਲ ਦੇ ਵਿੱਚ ਜੇਪੈਗ ਫੋਟੋ ਦੇ ਮੁਕਾਬਲੇ ਬਹੁਤ ਜ਼ਿਆਦਾ ਡਿਟੇਲਸ ਹੁੰਦੀਆਂ ਹਨ ਜਿੱਦਾਂ ਆਪਾਂ ਨੂੰ ਕਈ ਵਾਰ ਨਾ ਕੈਮਰੇ ਚਲਾਉਂਦੇ ਸਮੇਂ ਗਲਤੀ ਨਾਲ ਕੋਈ ਫੋਟੋ ਅੰਡਰ ਐਕਸਪੋਜ਼ ਖਿੱਚੀ ਗਈ ਐਕਸਪੋਜ਼ਰ ਘੱਟ ਰਹਿ ਗਿਆ ਜਾਂ ਜ਼ਿਆਦਾ ਐਕਸਪੋਜ਼ ਹੋ ਗਿਆ ਜਿੱਦਾਂ ਕਈ ਵਾਰ ਆਪਾਂ ਆਊਟਸਾਈਡ ਫੋਟੋ ਖਿੱਚਦੇ ਆ ਤਾਂ ਆਪਣਾ ਸਕਾਈ ਬਲੋਨ ਆਊਟ ਹੋ ਜਾਂਦਾ ਹੈ ਜਾਂ ਪੂਰਾ ਵਾਈਟ ਵਾਈਟ ਦਿਖਣ ਲੱਗ ਜਾਂਦਾ ਹੈ ਤਾਂ ਰੋ ਫਾਈਲ ਦੇ ਵਿੱਚ ਆਪਾਂ ਉਹਨੂੰ ਵਾਪਸ ਲੈ ਕੇ ਆ ਸਕਦੇ ਹਾਂ ਪਰ ਜੇਪੈਗ ਫਾਈਲ ਦੇ ਵਿੱਚ ਆਪਾਂ ਉਹਨੂੰ ਵਾਪਸ ਨਹੀਂ ਲੈ ਕੇ ਆ ਸਕਦੇ ਜਿੱਦਾਂ ਹੁਣ ਆਪਾਂ ਐਗਜ਼ੈਂਪਲ 'ਚ ਦੇਖਾਂਗੇ ਆ ਮੈਂ ਪੂਰੀ ਐਗਜ਼ੈਂਪਲ ਅੰਡਰ ਐਕਸਪੋਜ਼ ਫੋਟੋ ਖਿੱਚੀ ਆਪ ਲੈਂਸ ਦੀ ਤੇ ਸੇਮ ਫੋਟੋ ਆ ਇਹਦੇ 'ਚ ਆਪਾਂ ਦੇਖਾਂਗੇ ਵੀ ਆਪਾਂ ਐਕਸਪੋਜ਼ਰ ਕਰੈਕਟ ਕਰ ਸਕਦੇ ਹਾਂ ਇਹਦੇ ਵਿੱਚ ਜਾਂ ਨਹੀਂ ਕਰ ਸਕਦੇ ਤਾਂ ਮੈਂ ਇਹ ਫੋਟੋ ਨੂੰ ਲਾਈਟ ਰੂਮ ਦੇ ਵਿੱਚ ਲੈ ਜਾਂਦਾ ਹਾਂ ਤੇ ਲਾਈਟ ਰੂਮ ਦੇ ਵਿੱਚ ਜਾ ਕੇ ਆਪਾਂ ਪੁਜ਼ਰ ਵਧਾ ਕੇ ਦੇਖਦੇ ਹਾਂ ਜੇਪੈਗ ਫਾਈਲ ਦਾ ਕੀ ਬਣਦਾ ਆ ਤੇ ਰੌ ਫਾਈਲ ਦਾ ਕੀ ਬਣਦਾ ਆ ਤਾਂ ਜਿਵੇਂ ਹੁਣ ਆਪਨੇ ਐਕਸਪੋਜ਼ਰ ਵਧਾਇਆ ਤੇ ਇਹਦੀਆਂ ਸ਼ੈਡੋ ਆਪਾਂ ਹਾਈ ਕੀਤੀਆਂ ਤਾਂ ਤੁਸੀਂ ਦੇਖ ਸਕਦੇ ਹੋ ਜਿਹੜੀ ਜੀਪੈਗ ਫਾਈਲ ਆ ਬਿਲਕੁਲ ਡਿਸਟਰੋਏ ਹੋ ਗਈ ਉਹਨੂੰ ਆਪਾਂ ਕਿਤੇ ਨਹੀਂ ਯੂਜ਼ ਕਰ ਸਕਦੇ। ਇਹੀ ਜੇ ਆਪਾਂ ਰੌ ਫਾਈਲ ਦਾ ਐਕਸਪੋਜ਼ਰ ਵਧਾਈਏ ਤੇ ਸ਼ੈਡੋਜ਼ ਅਪ ਕਰੀਏ ਤਾਂ ਤੁਸੀਂ ਦੇਖ ਸਕਦੇ ਆਂ ਵੀ ਰੌ ਫਾਈਲ ਦੇ ਵਿੱਚ ਨੌਇਸ ਆ ਗਈ ਕਿਉਂਕਿ ਰੌ ਫਾਈਲ ਦੇ ਵਿੱਚ ਨੌਇਸ ਆ ਗਈ ਕਿਉਂਕਿ ਜਦੋਂ ਆਪਾਂ ਅੰਡਰ ਐਕਸਪੋਜ਼ ਤੋਂ ਐਕਸਪੋਜ਼ਰ ਸੈੱਟ ਕਰਦੇ ਹਾਂ ਤਾਂ ਥੋੜੀ ਬਹੁਤ ਨਾਈਜ਼ ਨੌਇਸ ਆ ਜਾਂਦੀ ਹੈ ਜਿਹਨੂੰ ਆਪਾਂ ਨੌਇਸ ਕੈਨਸਲੇਸ਼ਨ ਨਾਲ ਘੱਟ ਵੀ ਕਰ ਸਕਦੇ ਹਾਂ ਪਰ ਫੋਟੋ ਰੌਅ ਫੋਟੋ ਨੂੰ ਆਪਾਂ ਯੂਜ਼ੇਬਲ ਅਬ ਕਿਤੇ ਵੀ ਯੂਜ਼ ਕਰ ਸਕਦੇ ਹਾਂ ਤਾਂ ਐਸੇ ਕਰਕੇ ਆਪਾਂ ਨੂੰ ਹਮੇਸ਼ਾ ਆਪਣੀ ਫੋਟੋ ਰੌਅ ਦੇ ਵਿੱਚ ਖਿੱਚਣੀ ਚਾਹੀਦੀ ਹੈ ਰੌਅ ਫਾਰਮੈਟ ਦੇ ਵਿੱਚ ਤਾਂ ਜੋ ਆਪਾਂ ਜੇ ਕਈ ਵਾਰ ਗਲਤੀ ਨਾਲ ਐਕਸਪੋਜ਼ਰ ਵੱਧ ਜਾਂ ਘੱਟ ਵੀ ਕਿਸੇ ਤਰ੍ਹਾਂ ਦੇ ਵਿੱਚ ਰਹਿ ਗਿਆ ਤਾਂ ਆਪਾਂ ਉਹਨੂੰ ਬਾਅਦੋਂ ਐਡਿਟਿੰਗ ਦੇ ਟਾਈਮ ਸੈੱਟ ਕਰ ਸਕੀਏ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੇ ਤੁਹਾਨੂੰ ਵੀਡੀਓ ਵਿੱਚਲੀ ਇਨਫੋਰਮੇਸ਼ਨ ਵਧੀਆ ਲੱ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ